ਜਿਹਨੂੰ ਕੁੱਲ ਵੱਲਾ ਵੀ ਨਹੀਂ ਸੀ ਆਉਂਦੀ ਉਹ ਵੀ ਤਲਾਕ ਤੇ ਨਿਕਾਹ ਦੇ ਮਸਲੇ ਘਰ ਘਰ ਬੈ ਕੇ ਆਪਸ ਵਿੱਚ ਚਾਚੇ ਮਾਮੇ ਸ਼ਾਮੀ ਦੁਕਾਨਦਾਰੀ ਕਰਕੇ ਆਉਂਦੇ ਨਾ ਆਰਾਮ ਹਲਾਲ ਇਕੱਠਾ ਕਰਕੇ ਕਸਮਾਂ ਚਾ ਕੇ ਮਾਲ ਵੇਚ ਕੇ ਹਾਂਜੀ ਨੰਬਰ ਦੋ ਮਾਲ ਵੇਚ ਕੇ ਕਹਿੰਦੇ ਬਿਲਕੁਲ ਇੱਕ ਨੰਬਰ ਹੈ ਹਾਂਜੀ ਲਾਈਟਾਂ ਜਲਾ ਕੇ ਕੱਪੜੇ ਵੇਚ ਕੇ ਦੋ ਨੰਬਰ ਹਾਂਜੀ ਅਤੇ ਵਿੱਚ ਫੱਕ ਮਿਲਾ ਕੇ ਮਿਰਚਾਂ ਵੇਚ ਕੇ ਹਾਂਜੀ ਅਤੇ ਸੂਦ ਦਾ ਮਾਲ ਖਾ ਕੇ ਹਾਂਜੀ ਰਿਸ਼ਵਤਾਂ ਲੈ ਕੇ ਸ਼ਾਮੀ ਜਦੋਂ ਘਰ ਪੈਂਦੇ ਉਹ ਫਿਰ ਦਿਹਾੜੀ ਕਰਤੂਤ ਕਿਹੜੇ ਕੀਤੇ ਰਾਤੀ ਫਿਰ ਇਸਲਾਮ ਦੇ ਮੁਫਤੀ ਬਣਦਾ ਉਹ ਜੀ ਮਹੱਲੇ 'ਚੋਂ ਫਲਾਣੇ ਬੱਚੇ ਨੇ ਤਲਾਕ ਕਦੋਂ ਤਰੇ ਨਹੀਂ ਹੁੰਦੀਆਂ ਇਕੱਠੀਆਂ ਹੈ ਮੁਫਤੀ ਆਜ਼ਮ ਪਾਕਿਸਤਾਨ ਤੂੰ ਫੱਕ ਵੇਚ ਜਾ ਕੇ ਪਕੌੜੇ ਵੇਚ ਹਾਂ ਦੀਨ ਦਾ ਮਸਲਾ ਤੇ ਇਮਾਮ ਆਜ਼ਮ ਅਬੂ ਹਨੀਫਾ ਦੱਸੇਗਾ ਨਾ ਕਿਉਂ ਜੀ ਕਿਉਂ ਜੀ ਦੀਨ ਦਾ ਮਸਲਾ ਤੇ ਇਮਾਮ ਆਜ਼ਮ ਅਬੂ ਹਨੀਫਾ ਦੱਸੇਗਾ ਨਾ ਸਮਝ ਆਈ ਹਾਂ ਜਿਹਦੀ ਪੇਸ਼ਾਨੀ ਤੇ ਇਮਾਮ ਅਬੂ ਯੂਸਫ ਗੁਸਲ ਕਰਨ ਲੱਗਿਆ ਕੱਪੜਾ ਲਾਲ ਹਾਂਜੀ ਜਿਹੜਾ ਐਸਾ ਕੁਰਾਨ ਦਾ ਆਮਿਲ ਹੋਵੇ ਤੇ ਐਸਾ ਸ਼ਰੀਅਤ ਦਾ ਇਮਾਮ ਹੋਵੇ ਇਮਾਮ ਅਬੂ ਯੂਸਫ ਫਰਮਾਉਂਦੇ ਜੈਸੇ ਅਸੀਂ ਪਗੜੀ ਲਾਈ ਇਮਾਮ ਸਾਹਿਬ ਨੂੰ ਲਟਾਇਆ ਗੁਸਲ ਦੇਣ ਵਾਸਤੇ ਪਗੜੀ ਲਾਈ ਤੇ ਚਿਹਰੇ ਉੱਤੇ ਕੁਰਾਨ ਦੀ ਆਇਤ ਲਿਖੀ ਆ ਗਈ ਯਾ ਅਯਤ ਹਮ ਨਫਸੁਲ ਮੁਤਮਾਇਨਾ ਇਰਜੀ ਇਲਾ ਰੱਬਿਕ ਰਾਦੀਅਤਨ ਮਰਦੀਆ ਫਦਖਲੀ ਫੀ ਇਬਾਦੀ ਵਦਖਲੀ ਜੰਨਤ ਕਿਉਂ ਜੀ امام ابو یوسف فرماندن جس اپنے استاد گرامی دی قمیض لائی امام اعظم ابو حنیفہ دی تے فرماندن جے بازو سیدھا کیتا دھون واسطے سجا تے لکھیا سی پورے بازو تے ادخل الجنت بما کنتم تعملون سبحان اللہ فرمایا جے تو بایا بازو اینج کیتا تے اوتے قران دی ایت لکھی آ گئی انا لا ندی اجر من احسن عملا جدا سونے کام کیتے اسی انہاں ضائع نہیں کرانگے سبحان اللہ اس ایت دا مطلب سی داخل ہو جاؤ جنت جڑے سونے کام کر کے آئے کیوں جی بے شک فرمایا جب سینے تو اپنے استاد صاحب دی قمیض لائی تے سینے اوتے قران دی ایت لکھی ہوئی سامنے آ گئی یبشرہم ربہم برحمت منہ ورضوان وجنات لہم فیہا نعیم مقیم کہ ان کے رب کی طرف سے ان کو خوشخبری ہے رب ان پر راضی ہو گیا ہے شریعت کی گل تے امام اعظم